ਸਤਿ ਸ਼੍ਰੀ ਅਕਾਲ ਜੀ। ਅਤੇ ਅੱਜ ਆਪਾਂ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਆਦਮਪੁਰ ਵਿਖੇ ਆਏ ਹਾਂ ਅਤੇ ਉੱਥੇ ਅੱਜ ਦਰਅਸਲ ਵਿੱਚ ਇੱਕ ਵਿਰਾਸਤ ਅਤੇ ਪੰਜਾਬ ਨਾਮ ਦੀ ਇੱਕ ਝਲਕ ਦਿਖਾਈ ਗਈ ਹੈ। ਇਸ ਸਰਕਾਰੀ ਸਕੂਲ ਦੇ ਵਿੱਚ ਵਿਰਾਸਤ ਅਤੇ ਪੰਜਾਬ ਨਾਮ ਦੀ ਇੱਕ ਝਲਕ ਦਿਖਾਈ ਗਈ ਹੈ, ਜਿਸ ਦੇ ਵਿੱਚ ਬੱਚਿਆਂ ਵੱਲੋਂ ਅਲੱਗ ਅਲੱਗ ਤਰ੍ਹਾਂ ਦੇ ਪੁਰਾਣੇ ਜਿਹੜੇ ਬਰਤਨ ਨੇ ਜਾਂ ਪੁਰਾਣੀਆਂ ਚੀਜ਼ਾਂ ਨੇ, ਕੋਈ ਪੁਰਾਣੀਆਂ ਵਸਤਾਂ ਨੇ, ਅਤੇ ਉਹਨਾਂ ਨੂੰ ਦਰਸਾਇਆ ਗਿਆ ਇੱਥੇ। ਅਤੇ ਆਓ ਅੱਜ ਆਪਾਂ ਦੇਖਦੇ ਹਾਂ, ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ ਬੱਚਾ ਚਰਖੇ ਅੱਗੇ ਬੈਠਾ ਹੈ, ਅਤੇ ਇੱਧਰ ਬੱਚਾ ਇੱਕ ਜਿਹੜਾ ਹੈਗਾ ਪੁਰਾਣੇ ਬਰਤਨ ਜਿਵੇਂ ਪਿੱਤਲ ਦੇ ਬਰਤਨ ਨੇ, ਪ੍ਰਾਂਤ ਹੈ ਜਾਂ ਪਤੀਲੀ ਹੈ ਅਤੇ ਗਾਗਰ ਹੈ, ਕੁੰਡੀ ਹੈ, ਉਹਨਾਂ ਨੂੰ ਲੈ ਕੇ ਅੱਗੇ ਦਰਸਾ ਰਿਹਾ, ਉਹਨਾਂ ਬਾਰੇ ਦੱਸ ਰਿਹਾ। ਅਤੇ ਸਾਹਮਣੇ ਆਪਾਂ ਦੇਖ ਰਹੇ ਹਾਂ ਜਿਸ ਤਰ੍ਹਾਂ ਇਹ ਬੀਬੀ ਜੀ ਇੱਕ ਜਿਹੜੀ ਹੈਗੀ ਹੈ ਚੱਕੀ, ਜਿਹੜੇ ਪੁਰਾਣੇ ਸਮੇਂ ਦੇ ਵਿੱਚ ਜਿਹੜੀ ਚੱਕੀ ਹੁੰਦੀ ਸੀ ਉਸ ਨੂੰ ਪੀਸ ਰਹੇ ਸੀ। ਅਤੇ ਉਸ ਤੋਂ ਅੱਗੇ ਵੱਧਦੇ ਹਾਂ ਜੀ, ਦੇਖੋ ਬੱਚੇ ਦਰਅਸਲ ਵਿੱਚ ਇਹ ਇੱਦਾਂ ਦਿਖਾਉਣ ਦਾ ਮਤਲਬ ਕੀ ਹੈ, ਮਤਲਬ ਸਕੂਲ ਦੇ ਵਿੱਚ ਕਿਉਂ ਇਹ ਚੀਜ਼ ਕਰਾਈ ਗਈ ਹੈ। ਦਰਅਸਲ ਦੇ ਵਿੱਚ ਆਪਣੇ ਪੁਰਾਣੇ ਪਿਛੋਕੜ ਦੇ ਨਾਲ ਜੁੜਨ ਦੇ ਲਈ, ਪੁਰਾਣੇ ਪਿਛੋਕੜ ਦੇ ਬਾਰੇ ਜਾਣਕਾਰੀ ਲੈਣ ਦੇ ਲਈ ਜਿਹੜੀ ਹੈਗੀ ਹੈ ਇਹ ਇੱਕ ਝਲਕ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਸਕੂਲ ਦੇ ਵਿੱਚ, ਜਿਸ ਦੇ ਵਿੱਚ ਬੱਚਿਆਂ ਨੂੰ ਜਾਗਰੂਕ ਕੀਤਾ ਗਿਆ ਕਿ ਆਪਣੇ ਪੁਰਾਣੇ ਸਮੇਂ ਦੇ ਵਿੱਚ ਕਿਹੜੇ ਕਿਹੜੇ ਜਿਹੜੇ ਭਾਂਡੇ ਸੀ ਉਹ ਵਰਤੇ ਜਾਂਦੇ ਸੀ ਅਤੇ ਉਹਨਾਂ ਦਾ ਕੀ ਮਤਲਬ ਹੁੰਦਾ ਸੀ। ਇਸ ਤਰ੍ਹਾਂ ਇੱਥੇ ਤੁਸੀਂ ਦੇਖ ਰਹੇ ਹੋ ਕਿ ਇੱਕ ਬੱਚਾ ਗਾਗਰ ਬਾਰੇ ਦੱਸ ਰਿਹਾ, ਗਾਗਰ ਕਿਸ ਕੰਮ ਲਈ ਯੂਜ਼ ਹੁੰਦੀ ਸੀ, ਉਹਦੀ ਕੀ ਵਰਤੋਂ ਹੁੰਦੀ ਸੀ। ਅਤੇ ਇਹਦੇ ਨਾਲ ਇੱਕ ਬੱਚਾ ਜਿਹੜਾ ਹੈਗਾ ਚੱਕੀ ਬਾਰੇ ਦੱਸ ਰਿਹਾ। ਅਤੇ ਇੱਥੇ ਆਪਾਂ ਦੇਖ ਪਾ ਰਹੇ ਹਾਂ ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ ਇੱਥੇ ਚਰਖਾ ਰੱਖਿਆ ਗਿਆ ਅਤੇ ਚਰਖੇ ਬਾਰੇ ਇਹ ਬੀਬੀ ਜੀ ਆਪਾਂ ਥੋੜ੍ਹਾ ਜਿਹਾ ਵਿਸਤਾਰ ਨਾਲ ਥੋੜ੍ਹਾ ਦੱਸਣਗੇ। ਆਂਟੀ ਦੱਸੋ ਕੀ ਕਰਦੇ ਹਨ? ਪੂਣੀਆਂ ਦਾ ਬਾਜੋ ਕੀ ਕਰਦੇ ਸੀ ਆਂਟੀ? ਅੱਛਾ ਅੱਛਾ ਅੱਛਾ, ਜਿੱਦਾਂ ਕਿੱਦਾਂ ਕਿੱਦਾਂ ਨਾਂ ਦੱਸਿਓ, ਕਿੱਦਾਂ ਕਿੱਦਾਂ ਸੀ ਮਾਲ? ਅੱਛਾ ਜੀ, ਅੱਛਾ ਸਾਡੇ ਸਿੱਧੀ ਚੱਕੀ ਰਹੇ ਕਿਉਂਕਿ ਸਾਡੇ ਸਿੱਧੇ ਨਾਲ ਪਰਿਵਾਰ ਹੈ, ਸਾਡਾ ਕੋਲ ਵੀ ਬਹੁਤ ਕਿਸੇ ਵੀ ਚਾਹ